ਜਦੋਂ ਮਾਤਾ ਅਜੀਤ ਕੌਰ ਜੀ, ਮਾਤਾ ਜੀਤਾ ਜੀ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਆਖਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ ਹੋ ਗਈ ਹੈ ਵਿਆਹੁਣ ਦੀ ਅਤੇ ਇਹਨੂੰ ਹੁਣ ਮੰਗ ਦੀਏ, ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਸਾਹਿਬਜ਼ਾਦਾ ਅਜੀਤ ਸਿੰਘ ਦੀ ਗੱਲ ਕਰਦੇ ਜੇ, ਅਸੀਂ ਤਾਂ ਚਾਰ ਹੀ ਸਾਹਿਬਜ਼ਾਦੇ ਜਿਹੜੇ ਮੰਗ ਦਿੱਤੇ ਨੇ। ਅਤੇ ਮਾਤਾ ਅਜੀਤ ਕੌਰ ਜੀ ਕਹਿੰਦੇ ਕਿ ਸਾਨੂੰ ਦੱਸਿਆ ਵੀ ਨਹੀਂ ਕਿੱਥੇ ਕਿੱਥੇ ਮੰਗ ਆ ਜੇ, ਤਾਂ ਗੁਰੂ ਸਾਹਿਬ ਨੇ ਆਖਿਆ ਇਹੋ ਜਿਹੀ ਥਾਂ 'ਤੇ ਮੰਗ ਕੇ ਆਏ ਹਾਂ ਜਿੱਥੇ ਅਸੀਂ ਜਾਣਾ ਵੀ ਉਹਨਾਂ ਦੇ ਨਾਲ ਇਕੱਲੇ ਹੀ ਹਾਂ, ਛੋਟਿਆਂ ਦੇ ਨਾਲ ਮਾਤਾ ਜੀ ਨੇ ਜਾਣਾ, ਵੱਡਿਆਂ ਦੇ ਨਾਲ ਅਸੀਂ ਜਾਣਾ। ਤਾਂ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵਚਨ ਕੀਤੇ, ਮਾਤਾ ਅਜੀਤ ਕੌਰ ਜੀ ਨੂੰ ਸਮਝ ਨਹੀਂ ਆਈ ਕੋਈ, ਅਤੇ ਮਾਤਾ ਅਜੀਤ ਕੌਰ ਜੀ ਨੂੰ ਗੁਰੂ ਸਾਹਿਬ ਨੇ ਆਖਿਆ ਕਿ ਤੁਸੀਂ ਅਕਾਲ ਪੁਰਖ ਤੁਹਾਡੇ 'ਤੇ ਕਿਰਪਾ ਕਰੂਗਾ, ਸਿਮਰਨ 'ਤੇ ਬੈਠੋ। ਜਦੋਂ ਮਾਤਾ ਅਜੀਤ ਕੌਰ ਜੀ ਸਿਮਰਨ 'ਤੇ ਬੈਠੇ, ਉਹਨਾਂ ਦੇ ਸਾਹਮਣੇ ਸਾਰਾ ਦ੍ਰਿਸ਼ ਘੁੰਮ ਗਿਆ, ਅਤੇ ਮਾਤਾ ਅਜੀਤ ਕੌਰ ਜੀ ਕਹਿੰਦੇ ਕਿ ਗੁਰੂ ਸਾਹਿਬ ਮੈਂ ਇਹ ਚੀਜ਼ ਨਹੀਂ ਵੇਖਣੀ, ਇਸ ਕਰਕੇ ਮੈਨੂੰ ਤੁਸੀਂ ਆਗਿਆ ਦਿਓ ਕਿ ਮੈਂ ਇਸ ਸਰੀਰ ਨੂੰ ਛੱਡਣਾ ਚਾਹੁੰਦੀ ਹਾਂ। ਤਾਂ ਗੁਰੂ ਸਾਹਿਬ ਨੇ ਆਖਿਆ ਜਿਸ ਤਰ੍ਹਾਂ ਤੁਹਾਡੀ ਖੁਸ਼ੀ ਹੈ। ਮਾਤਾ ਅਜੀਤ ਕੌਰ ਜੀ ਨੇ ਇਸ ਪੰਜਾਂ ਤੱਤਾਂ ਦੇ ਸਰੀਰ ਨੂੰ ਛੱਡ ਦਿੱਤਾ ਸੀ ਉਦੋਂ। ਗੱਲ ਇਹ ਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਤਾਂ ਇਹ ਵੀ ਪਤਾ ਸੀ ਕਿ ਛੋਟੇ